सारी घटना सुना किमें हुई उ ग्राउंड खेलते उ उसी ग्राउंड खेलते फिर खेलते चप्पलियां बंदर बंदर कला खेलते अच्छा जी मेरे नाल दी चप्पल जी वो खेत चली गई ते उसी चक्कन चले गए जी जो खेत वाला मालिक आ गई उन्हां दा ओही ओ गोलू गोलू हां जी गोलू हां ते उन्होंने सानू घेर लिया जी सी भज्जे भी सीगे ओ कै जाने सीगे तन्ने जाने सी ओ तन्ना ने घेर लिया हां जी फिर जी उन्होंने सानू कुटिया जी बहुत ਤਿੰਨਾਂ ਨੇ ਕੁੱਟਿਆ ਨਾ ਜੀ ਇੱਕ ਜਾਣੇ ਨੇ ਕੁੱਟੇ ਦੂਜੇ ਕੋਲੇ ਖੜੇ ਰਹੇ ਹਾਂਜੀ ਅੱਛਾ ਹੋਰ ਤੁਰ ਕੇ ਜਾਂਦਾ ਹੁੰਦਾ ਬੰਦਾ ਉਹਨੇ ਕੀ ਕੀਤਾ ਇੱਕ ਹੋਰ ਤੁਰਿਆ ਆਉਂਦਾ ਹੁੰਦਾ ਕਾਲਾ ਕੋਟ ਪਾਈ ਹੁਣ ਤੇ ਕੁਛ ਨਹੀਂ ਕੀਤਾ ਬਸ ਤੁਸੀਂ ਖੜਾ ਦੇਖੀ ਗਏ ਅੱਛਾ जाती पाती भी गाला दुपड़ा मैं धक्का भी दिता जी एने जल सोटी मार दी है देखो जी मेरे पैर ती लगी हुई है सोटी मैं फिर गाल भी कटी है मैं थे होने तक मेरे भी सोटी मारी मैं दीदी देखो हर रोज मरीज हाँ देख लो जो नहीं सुन सच दवाई अच्छे पिंडों फोन करके असर फोन भी दवाई उपर दी चलो माता एक तब देखो घबराना नहीं है ना ठीक आई छोटे नाल है 307 ਦਾ ਉਹ ਤੇ ਵਾਦਾ ਜੁਰਮ ਜਿਹੜਾ ਹੋ ਗਿਆ ਉੱਥੇ ਥੋੜੇ ਪਿੰਡੋਂ ਹੀ ਆਏ ਆ ਉੱਥੇ ਆਏ 4-5 ਘੰਟੇ ਦੇ ਉੱਥੇ ਹੀ ਸੀਗੇ ਇੱਕ ਡਰਿਓ ਨਾ ਹੈਨਾ ਅਸੀਂ ਨੰਬਰ ਦੇਤਾ ਤੁਸੀਂ ਵੀ ਲੈ ਲਓ ਨੰਬਰ ਸਾਡਾ ਤੇ ਅਸੀਂ ਜਦੋਂ ਵੀ ਕੋਈ ਗੱਲਬਾਤ ਹੋਈ ਤੁਹਾਡੇ ਨਾਲ ਆ ਕੇ ਖੜਾ ਰਹੇ ਕਿਉਂਕਿ ਇਹ ਜੇ ਬੰਦਿਆਂ ਨੂੰ ਨਾ ਸਜ਼ਾ ਤੱਕ ਲਿਜਾਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇਹ ਫਿਰ ਮੁੜ ਕੇ ਮੂੰਹ ਪੈਂਦਾ ਹੈ ਜਿਹਨੂੰ ਦੇਖੋ ਦੇਖ ਵੀ ਉਹਦਾ ਕੀ ਹੋਊ ਪਹਿਲਾਂ ਇੱਦੂ ਵੱਡੇ ਵੱਡੇ ਬੰਦਿਆਂ ਨਾਲ ਕਰਿਆ ਹੁਣ ਬੱਚਿਆਂ ਨਾਲ ਤੀਜਾ ਹੀਲਾ ਕਰਤਾ ਉਹਨੇ ਅੱਛਾ ਪਹਿਲਾਂ ਸਾਨੂੰ ਪਤਾ ਨਹੀਂ ਕਿ ਅਸੀਂ ਬਾਹਰ ਨਹੀਂ ਜੀ ਨਿਕਲਦਾ ਤੇਰੀ ਜਦੋਂ ਬਾਹ ਟੁੱਟ ਗਈ ਸੀਗੀ ਤੇਰੇ ਦਰਦ ਹੋਇਆ ਹੋਊਗਾ ਤੂੰ 4 ਦਿਨ ਘਰੇ ਕਿਵੇਂ ਬੈਠਾ ਰਿਹਾ ਇਹ ਜਦ ਵੀਰ ਜੀ ਸਾਡੇ ਕੋਲ ਕੋਈ ਸਬੂਤ ਨਹੀਂ ਸੀ ਹਾਂ ਸਬੂਤ ਤੋਂ ਬਿਨਾ ਸਾਡੇ ਗਾਹ ਕੌਣ ਦੱਸਦਾ ਸੀ ਵੀ ਮੇਰੀ ਬਾਹ ਟੁੱਟ ਗਈ ਮੈਂ ਲੈ ਕੇ ਆਈ ਆ ਵੀਰ ਜੀ ਇਹ ਤਾਂ ਪਾਣੀ ਤੋਂ ਵੀ ਭੁੱਖੇ ਮਰਦੇ ਤੇ ਜਦੋਂ ਕੁੱਟੇ ਨੇ ਇਹ ਪਾਣੀ ਤੋਂ ਵੀ ਬੰਦਲਾ ਬਦਲਾ ਕੇ ਸਿੱਟੇ ਇਹ ਜਦ ਮੈਂ ਵੀਰ ਜੀ ਗਈ ਆ ਇਹ ਉਹਦੇ ਖੱਤੇ ਤੋਂ ਬਾਹਰ ਤੇ ਸੋਨੂੰ ਕਿਵੇਂ ਪਤਾ ਲੱਗਿਆ ਵੀ ਸਾਨੂੰ ਵੀ ਜੀ ਇਹ ਸਾਡੀ ਨੂੰਹ ਆ ਜਿਹੜੀ ਹਾਂ ਉਹਦੇ ਕੋਲੇ ਇਹ ਟਿਊਸ਼ਨ ਜਾਂਦੇ ਇਹ ਤਾਂ ਟਿਊਸ਼ਨ ਤੇ ਗਿਆ ਤੀ ਇਹਨਾਂ ਨੂੰ ਚੱਲ ਬਾ ਉੱਥੋਂ ਤੁਰ ਗਿਆ ਜੀ ਇਹ ਖੱਤੇ 'ਚ ਤਾਂ ਹੈ ਨਹੀਂ ਤੇ ਵੀਰ ਜੀ ਜਿੱਥੋਂ ਤੋਂ ਵੀ ਗੱਲ ਚੱਲੀ ਆ ਜਿਹੜੀ ਸਾਡੇ ਨਾਈਆਂ ਦੀ ਕੋਠੀ ਹੈ ਮੁੰਡੇ ਦੀ ਹਰਪ੍ਰੀਤ ਦੀ ਉੱਥੇ ਖੜੇ ਤੇ ਜਦ ਮੈਂ ਗਈ ਆ ਸਾਡੇ ਇੱਕ ਜਿਹੜੇ ਝਹਰਾਂ ਦਾ ਮੁੰਡਾ ਤੀ ਜਿਹੜਾ ਉਹਨੇ ਵੀ ਹਾਕਾ ਮਾਰੀਆਂ ਭੱਜਿਆ ਵੋ ਤੁਸੀਂ ਇੱਥੇ ਨਾ ਖੜੋ ਵੀ ਤੁਸੀਂ ਆ ਜਾਓ ਵੀ ਉਹ ਆਉਂਦਾ ਟਰੈਕਟਰ ਨੇ ਇਹ ਟਰੈਕਟਰ ਉਹਦਾ ਹਾਂਜੀ ਉਸੇ ਦੇ ਵੀ ਟਰੈਕਟਰ ਇਹ ਜਦ ਖੜੇ ਤੇ ਜੀ ਇਹਨਾਂ ਨੂੰ ਅਸੀਂ ਅਸੀਂ ਭੱਜ ਲਾਂਗੇ ਬਾਹਰ ਪਿੰਡ 'ਚ ਨੂੰ ਆ ਜਾਗੇ ਉਹ ਮੂਰਦੀ ਹੋ ਗਿਆ ਵੀਰ ਜੀ ਐਡਾ ਕੁ ਡੰਡਾ ਲੈ ਕੇ ਛੀਟੀ ਉਸ ਤੋਂ ਬਾਅਦ ਜੀ ਫਿਰ ਉਹ ਪਹਿਲਾਂ ਮਾਗਰ ਭੱਜਿਆ ਇਹਨਾਂ ਦੇ ਉਹ ਮੁੰਡਾ ਮੂਹਰੇ ਭੱਜ ਲਿਆ ਇਹ ਉਹਦੇ ਮਾਗਰ ਹੀ ਮਾਰ ਹਾਂਜੀ ਪਿੜਾਂ ਦੇ ਵਿੱਚ ਦੀ ਐ ਮੂਰਦੀ ਇੱਧਰ ਦੀ ਹੋ ਗਿਆ ਉਹਦੇ ਚੱਕਿਆ ਜੀ ਆਪਦਾ ਟਰੈਕਟਰ ਦੋ ਜਾਣੇ ਨੇ ਉੱਪਰ ਦੀ ਲਿਜਾ ਕੇ ਜੀ ਉਹ ਇਹਨਾਂ ਦੇ ਇਹ ਫਿਰ ਜਿਹੜੀ ਗਰਾਊਂਡ ਦੀ ਕੰਧ ਆ ਉਹਦੇ ਉੱਪਰ ਦੀ ਟੱਪੇ ਟੱਪ ਕੇ ਫਿਰ ਉਹ ਬੰਦਾ ਵੀ ਉਹਨਾਂ ਦਾ ਮਾਗਰ ਟੱਪ ਗਿਆ ਉਹਨੇ ਜਿਹੜਾ ਬੰਦਾ ਮਾਗਰ ਕੰਧ ਤੇ ਟੱਪਿਆ ਇਹਨੂੰ ਫੜ ਕੇ ਰੱਖਿਆ ਉਹਨੇ ਉਹਦਾ ਜਿਹੜਾ ਉਹ ਸੀਰੀ ਸੀਗਾ ਉਹਦਾ ਹਾਂਜੀ ਉਹ ਸੀਰੀ ਨੇ ਉਹਦਾ ਦੋ ਜਾਣੇ ਇੱਕ ਤਾਂ ਮੋਦੀ ਹਾਂਜੀ ਹਾਂਜੀ ਇੱਕ ਦਿਨਾਂ ਲੱਖਾ ਬੰਦਾ ਹਾਂਜੀ ਉਸ ਤੋਂ ਬਾਅਦ ਜੀ ਫਿਰ ਜਦ ਇਹ ਉਹ ਮੁੰਡਾ ਜੀ ਜਿਹੜਾ ਉਹ ਤੀਗਾ ਲੱਖਾ ਆ ਦੂਜਾ ਮੋਦੀ ਉਹਨੇ ਜਿਹੜਾ ਗੰਜਾ ਜਾਤੀ ਮੈਂ ਨਾ ਉਹਨੂੰ ਵੀਰ ਜੀ ਜੇ ਤਾਂ ਬਾਹਰ ਜਾਈਏ ਤਾਂ ਪਤਾ ਹੋਵੇ ਕਦੇ ਕੱਖ ਨੂੰ ਨਹੀਂ ਅੰਡੇ ਨੂੰ ਡੰਗਰੇ ਨਹੀਂ ਰੱਖਦੇ ਜਦ ਫਿਰ ਉਸ ਤੋਂ ਬਾਅਦ ਜਿਹਦੀ ਵੀ ਜਿਹੜਾ ਕੰਧ ਟੱਪਿਆ ਉਹ ਦੂਜੇ ਨੇ ਆ ਕੇ ਸੋਟੀਆਂ ਲਗਿਆ ਜਦ ਉਹਨੂੰ ਕੁੱਟ ਕੱਟ ਕੇ ਬਾਅਦ 'ਚ ਉਹ ਸੋਟੀਆਂ ਵੀ ਲਗਿਆ ਦੂਆ ਮੁੰਡਾ ਜਦ ਮੈਂ ਫਿਰ ਸੋਚਿਆ ਵੀ ਇਹਨੂੰ ਵੀ ਹੁਣ ਕੁੱਟੂਗਾ ਮੇਰੇ ਜਾਂਦੇ ਨੂੰ ਬਹੁਤ ਬੁਰਾ ਹਾਲ ਤੀ ਜੀ ਬੱਚਿਆਂ ਦਾ ਨਜਾਇਜ਼ ਜੇ ਕੁੱਟੇ ਗਏ ਮੈਂ ਜਦ ਵੀਰ ਜੀ ਕਿਹਾ ਜਾ ਕੇ ਵੀ ਛੱਡ ਦਿਓ ਤੁਸੀਂ ਮੈਂ ਬਹੁਤ ਮਿੰਤਾ ਤਾਲੇ ਕਰੇ ਕਹਿੰਦਾ ਵਗ ਜਾ ਭੈਣ 'ਚ ਦੌਣ ਦੀ ਤੈਨੂੰ ਵੀ ਮਾਰ ਦੂੰ ਕਹਿੰਦਾ ਮਾਰ ਕੇ ਡੰਡਾ ਫਿਰ ਮੈਂ ਕਿਹਾ ਵੀ ਇਹਦੇ ਦੌਰਾ ਪੈਂਦਾ ਜੇ ਕੋਈ ਐਸੀ ਵੈਸੀ ਗੱਲ ਹੋ ਗਈ ਜੇ ਮਰ ਗਿਆ ਮੇਰਾ ਜਮਾਈ ਸਾਨੂੰ ਸਜ਼ਾ 'ਚ ਸਾਰੀ ਉਮਰ ਬਿਠਾ ਦੂ ਕਹੂਗਾ ਮੇਰੇ ਪੱਲੇ ਵੀ ਮੇਰਾ ਬੱਚਾ ਗਮਾ ਤਾਂ ਤੁਹਾਡੇ ਤਾਂ ਨਹੀਂ ਤੀਗਾ ਕਹਿੰਦਾ ਵਗ ਜਾ ਜੇ ਇਹ ਮੇਰੇ ਕੋਲ ਇਸ ਟਾਈਮ ਪਿਸਤੌਲ ਹੁੰਦਾ ਨਾ ਇਹਨਾਂ ਨੂੰ ਗੋਲੀ ਮਾਰ ਕੇ ਮਾਰ ਦੇਣਾ ਇਹ ਵੀ ਗੱਲ ਕਹੀ ਆ ਵੀਰ ਜੀ ਉਹਨੇ ਚਲੋ ਮਾਤਾ ਹੁਣ ਗੱਲ ਪਤਾ ਕੀ ਆ ਦੇਖੋ ਨਾ ਆਮ ਤੌਰ 'ਤੇ ਤੁਹਾਡੇ ਕੋਲ ਅਸੀਂ ਇੱਕੇ ਫਰਿਆਦ ਕਰਦੇ ਹਾਂ ਇਹ ਜਿਹੀਆਂ ਘਟਨਾਵਾਂ 'ਚ ਨਾ ਗਰੀਬ ਬੰਦਾ ਕਿਸੇ ਲਾਲਚ ਬਸ ਆ ਕੇ ਨਾ ਨਾ ਵੀਰ ਜੀ ਇਹ ਜਾਂ ਕਿਸੇ ਦਬਾਅ 'ਚ ਆ ਕੇ ਰਾਜ਼ੀਨਾਮਾ ਕਰ ਜਾਂਦਾ
ਜਿਹਨੂੰ ਇਸ ਇਹ ਜੇ ਬੰਦਿਆਂ ਨੂੰ ਮੂੰਹ ਵੀ ਤਾਂ ਪੈਂਦਾ ਹੈ ਅਗਲਾ ਕਹਿੰਦਾ ਉਹ ਫਲਾਨੇ ਬੰਦੇ ਨੇ ਐਂ ਕਰਤਾ ਸੀ ਉਹਦਾ ਕੀ ਹੋ ਗਿਆ ਇੱਕ ਗੱਲ ਹੋਰ ਸਾਡੇ ਨਾਲ ਉਹ ਬੁੜੀ ਬੈਠੀ ਆ ਉਹਨੂੰ ਪੈਸੇ ਦਾ ਲਾਲਚ ਹੋ ਪਰ ਅਸੀਂ ਫੈਸਲਾ ਨਹੀਂ ਜੱਟ ਨਾ ਕਰਨਾ ਮੈਂ ਉਹੀ ਗੱਲ ਹਾਂ ਨਾ ਨਾ ਜੇ ਮਰ ਜਾਂਦਾ ਵੀਰ ਜੀ ਸਾਰੀ ਉਮਰ ਮੇਰਾ चलो हम तीन सौ सत्त जो वादा पहला कली तेई सी हूँ तीन सौ सत्त भी उन्होंने लाती कल नूं कापी मिल जानी है जिहड़ा मुआवजा मुआवजे की फाइल जिहड़ी भर के जाऊगी इहदी वो तो सरकारी मुआवजा मिलना इहनूं इलाज पक्षों डीसी नाल गल होई है जे कोई भी कमी पेशी आई साडा नंबर लिख के रखो सानूं फोन करो हाँ असीं नंबर दे दिंदे आ तनाड़ बंदा हुंदा गरीब नूं किसे ना किसे तरीके नाल दबा के उहदा मूंह बंद कर दिंदा तुसीं भी इस करे चार दिन बैठे रहे चार दिन बाद जदों वीडियो वायरल होई रौला पिया फिर तुसीं उठे सिमरन तेनू की हो गया तेन की हो कोई सट्टा जा दे निके निके कोई पिंड जो गिर गया ढिड ते भी देखो दाग ओ पैर डरे हो जिमे बयान सही तरीके ना क्योंकि उत्ते 307 दा जुर्म 23 च दरखास्त सी 23 दा मुकदमा दर्ज किया 307 अज पुलिस ने उत्ते थोड़े पिंड आया सी हां सुन मैं यही कहना भी तुसी ना तुसी घबराउणा अच्छा जी थोड़े कोल मेरी गल सुनो बहुत आउणगे पिंड दे भी आउणगे है ना क्योंकि तकड़े नाल तकड़े खड़दे ने ਤੁਹਾਨੂੰ ਆ ਕੇ ਲਾਲਚ ਵੀ ਦੇਣਗੇ ਵੀ 4 ਰੁਪਏ ਲੈ ਲਓ ਤੁਸੀਂ ਪੰਗੇ 'ਚ ਕਾਹਨੂੰ ਪੈਂਦੇ ਆ ਤੁਹਾਨੂੰ ਊਂ ਵੀ ਦਬਕਾਉਣਗੇ ਵੀ 20 ਸਾਲ ਤੁਰੇ ਫਿਰੋਗੇ 10 ਸਾਲ ਤੁਰੇ ਫਿਰੋਗੇ ਕਚਹਿਰੀਆਂ 'ਚ ਉੱਥੇ ਕੀ ਨਿਕਲਣਾ ਹਨਾ ਪਰ ਅਸੀਂ ਚਾਹੁੰਦੇ ਹਾਂ ਉਹ ਬੰਦਾ ਜਾਨ ਤੱਕ ਜਾਵੇ ਜੇ ਉਹ ਜਿਹਾ ਬੰਦਾ ਜਾਮ ਤੱਕ ਜਾਊ ਸਜ਼ਾ ਤੱਕ ਜਾਊਗਾ ਤਾਂ ਹੋਰ ਲੋਕਾਂ ਨੂੰ ਵੀ ਕੰਨ ਹੋਣਗੇ ਹਾਂਜੀ ਹਾਂ ਕਿਉਂਕਿ ਉਹਨੇ ਬੰਦੇ ਨੇ ਪਹਿਲਾਂ ਕੰਮ ਤਾਂ ਕੀਤਾ ਨਹੀਂ ਪਹਿਲਾਂ ਹੀ ਬੰਦਿਆਂ ਨੂੰ ਕੁੱਟ ਗਿਆ ਉਹ ਇਸ ਕਰਕੇ ਇਹ ਗੱਲ ਦਾ ਖਿਆਲ ਰੱਖਿਓ ਹੈ ਦੇਖੋ ਜੀ ਬੱਚੇ ਗਰੀਬ ਕੇ ਬੱਚੇ ਕੁੱਟਨੇ ਬਹੁਤ ਜ਼ੁਲਮ ਹੈ ਨਹੀਂ ਨਹੀਂ ਕੋਈ ਗੱਲ ਸਾਡਾ ਤਾਂ ਕੋਈ ਕਰਨ ਨਹੀਂ ਬਾਰ ਨਹੀਂ ਪਿੰਡ ਮੈਂ ਤਾਂ ਮੈਂਕਰ ਰੋਟੀ ਖਾਂਦੇ ਸਾਡੀ ਹਾਲਤ ਦੇਖ ਲੇਗਾ ਜੇ ਤੂੰ ਤੈਨੂੰ ਕਹਾਗਾ ਖਮਿਆ ਆ ਜੇ ਸੱਚੀ ਆ ਮਾਤਾ ਤੇਰੀ ਗੱਲ ਸੱਚੀ ਹੈ ਭਾਈ ਇਹ ਗੱਲ ਦਾ ਖਿਆਲ ਰੱਖਣਾ ਅਸੀਂ ਤੁਹਾਨੂੰ ਬਾਰ ਬਾਰ ਬੇਨਤੀ ਇਹ ਕਰਦੇ ਹਾਂ ਵੀ ਕਈ ਵਾਰੀ ਨਾ ਮਾੜੇ ਦਾ ਹਮੇਤੀ ਹਰ ਜਾਂਦਾ ਤੁਸੀਂ ਕਿਸੇ ਪ੍ਰਕਾਰ ਦਾ ਅਸੀਂ ਜ਼ੋਰ ਲਾਉਂਦੇ ਰਹਿ ਕੇ ਤੁਸੀਂ ਕਿਸੇ ਪ੍ਰਕਾਰ ਦਾ ਰਾਜੀਨਾਮਾ ਕਰ ਆ ਨਾ 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 ਹਨਾ ਤੁਸੀਂ ਇਹ ਦੇਖੋ ਵੀ ਉਹ ਜਦੋਂ ਕੁੜਦਾ ਨਾ ਜਿਹੜਾ ਵੀ ਬੰਦਾ ਵੀਡੀਓ ਤੇ ਉਹਦਾ ਅੱਖਾਂ 'ਚ ਖੂਨ ਆਉਂਦਾ ਇੰਨਾ ਗੁੱਸਾ ਆਉਂਦਾ ਬੰਦੇ ਦੇ ਡੰਡੇ ਚਾਰ ਲੈ ਰਿਹਾ ਥਾ ਜੀ ਚਾਰ ਡੰਡੇ ਤਾਂ ਉਸਕੇ ਡੰਡੇ ਵੀ ਟੁੱਟੇ ਆ ਨਹੀਂ
ਜਦ ਆਟਿਆ ਮਾਰਨ ਤਾ ਨਹੀਂ ਆਟਿਆ ਨਹੀਂ ਬਸ ਨਹੀਂ ਕਰੀ ਉਸਨੇ ਮਾਰਨ ਤਾ ਲੱਤਾਂ ਦੇ ਮਾਰਦਾ ਕਿੰਨੀ ਉਮਰ ਆ ਤੇਰੀ ਮੈਂ ਜੀ 14 ਸਾਲ ਇਹ ਤਾਂ ਵਿਚਾਰੇ ਕਿ ਮਾਂ ਵੀ ਮਰੀ ਹੋਈ ਜਿਵੇਂ ਦਾਦੀ ਨੂੰ ਦਾਦੀ ਨੇ ਪਾਲੇ ਛੋਟੇ ਛੋਟੇ ਤਾਂ ਚਲੋ ਮਦਿੰਦੀ ਉਹ ਮਰ ਗਈ ਹਾਂਜੀ ਇਨਕਾ ਬਾਪ ਹੈ ਵਿਚਾਰਿਆਂ ਕਾ ਉਸਕੀ ਟੀਬੀ ਕੀ ਬਿਮਾਰੀ ਹੈ ਅਸੀਂ ਤਾਂ ਪਿੰਡ ਮੈਂ ਇੱਕ ਬਿਠਾਈ ਹੋਈ ਹਾਂ ਪੰਚਾਇਤੀ ਘਰ 'ਚ ਬੈਠੇ ਹਾਂ ਅਸੀਂ ਤਾਂ ਉਸ ਪਿੰਡ ਮੈਂ ਤਾਂ ਰੋਟੀ ਲਿਆਉਂਦੇ ਹਾਂ ਗੁਜ਼ਾਰਾ ਕਰਦੇ ਹਾਂ ਜੀ ਪਰਚਾ ਜਿਹੜਾ ਹੋਇਆ ਉਹ ਪਹਿਲਾਂ 23 ਚ ਸੀਗਾ ਐਸਸੀ ਐਸਟੀ ਐਕਟ ਲੱਗਿਆ ਸੀਗਾ ਪਰ ਨਾਲ ਹੁਣ ਅੱਜ ਪੁਲਿਸ ਨੇ 307 ਜਿਹੜਾ ਜੁਰਮ ਦਾ ਵਾਧਾ ਕਰਤਾ ਇਰਾਦਾ ਕਤਲ ਮਾਰ ਦੇਣ ਦੀ ਨੀਤ ਨਾਲ ਕੁੱਟੇ ਨੇ ਉਹ ਜਿਹੜਾ ਜੁਰਮ ਚ ਵਾਧਾ ਕਰਕੇ ਕੱਲ ਨੂੰ ਉਹਦੀ ਕਾਪੀ ਮਿਲ ਜਾਣੀ ਹੈ ਮਤ ਨਹੀਂ ਪਈ ਜੀ ਨਹੀਂ ਉਹ ਅਕਬੀ ਛਟਾ ਦੇ ਛਟਾਣ ਕੀ ਮਤ ਨਹੀਂ ਪਈ ਇਹ ਗੱਲ ਨਾ ਬੇਬੇ ਪਿੰਡ ਚ ਕਰਕੇ ਆਏ ਆ ਕਿ ਮਰਿਆ ਵਾ ਸੀ ਗਿਆ ਗੁਜ਼ਰਿਆ ਵਾ ਸੀ ਪਿੰਡ ਵੀ ਕਿਉਂ ਨਹੀਂ ਲੋਕ ਉੱਠ ਉੱਠੇ ਕਿੰਨੀਆਂ ਇਹਨਾਂ ਨੇ ਚੀਕਾਂ ਮਾਰੀਆਂ ਨੇ ਹਾਂ ਜੀ ਹਾਂ ਉਹ ਇੱਕ ਗਵਾਂਢੀ ਵੀ ਹੈ ਪਿੱਛੇ ਜੇ ਵੀ ਘਰ ਵਾਲੇ ਹਾਂ ਉਹ ਵੀ ਕਹਿੰਦੇ ਸੀ ਘਰੇ ਨਹੀਂ ਸੀਗੇ ਉਹ ਇੱਕ ਨਾ ਜੀ ਤਾਂ ਕੋਈ ਪਾਇਆ ਨਹੀਂ ਲੋਕਾਂ ਦੀ ਨਾ ਇਹ ਜ਼ਮੀਰ ਹੀ ਮਰ ਗਈ ਇਸ ਪੱਖੋਂ ਉੱਥੇ ਇੱਕ ਹੋਰ ਆਉਂਦਾ ਕਾਲੇ ਜੇ ਕੋਟਲਾ ਆਉਂਦਾ ਨਾ ਤੁਹਾਡੇ ਕੋਲੇ ਹੋਰ ਬੰਦਾ ਤੁਰ ਕੇ ਆਉਂਦਾ ਕਾਲਾ ਕੋਟ ਪਾਇਆ ਆਉਂਦਾ ਉਹਦੇ ਚਿੱਟਾ ਜਿਹਾ ਕੁੜਤਾ ਪਜਾਮਾ ਉਹ ਵੀ ਨੀ ਛਡਾਉਂਦਾ ਆ ਕੇ ਉਹ ਵੀ ਖੜ ਜਾਂਦਾ ਐ ਕੋਲੇ ਐ ਖੜ ਜਾਂਦਾ ਉਹ ਵੀ ਆ ਠੀਕ ਹੈ ਮੈਂ ਤਾਂ ਕੋਈ ਗੱਲ ਨਹੀਂ ਹੈ ਤੁਸੀਂ ਘਬਰਾਉਣਾ ਹੀ ਡਰਨਾ ਨਹੀਂ ਕੋਈ ਕਿਸੇ ਪ੍ਰਕਾਰ ਦਾ ਸੁਣ ਇੱਥੇ ਇਲਾਜ ਪੱਖੋਂ ਕੋਈ ਤਕਲੀਫ ਆਵੇ ਉਹ ਅਸੀਂ ਬੈਠੇ ਹਾਂ ਕੋਈ ਵਕੀਲ ਨਹੀਂ ਕਰਨ ਦੀ ਲੋੜ ਉਹ ਅਸੀਂ ਆਪੇ ਕਰਾਂਗੇ ਪਰ ਤੁਸੀਂ ਖੜ ਜਾਓ ਬੇਨਤੀ ਇਹੀ ਹੈ ਚਲੋ ਠੀਕ ਆ ਹੈ ਨੰਬਰ ਦੇ ਤਾ ਆਪਣਾ ਆਹ ਮੁੰਡੇ ਨੂੰ ਦੇ ਦੇ ਨੰਬਰ ਲੈ ਲਓ ਚਾਹੇ ਅੱਧੀ ਰਾਤ ਨੂੰ ਚਾਹੇ 1 ਵਜੇ ਚਾਹੇ 2 ਵਜੇ ਮੈਂ ਰਾਤ ਨੂੰ ਫੋਨ ਖੁੱਲ੍ਹਾ ਰੱਖਦਾ ਮੈਂ ਚੱਕਦਾ ਨੰਬਰ ਉਹੀ ਹੈ ਜਿਹੜਾ ਮੇਰੇ ਕੋਲ ਭਰਿਆ ਵਾ ਇਹ ਨੰਬਰ ਤੋਂ ਮੈਂ ਆਪਦੇ ਫੋਨ ਤੇ ਘੰਟੀ ਮਾਰਦਾ ਭਰ ਲੂੰਗਾ ਇਹ ਤਾਂ ਹੋਰ ਤੋਂ ਨਾ ਕਰੋ ਹਾਂਜੀ ਇਹ ਨੰਬਰ ਤੇ ਕਰੂੰਗਾ ਇਸੇ ਤੋਂ ਹੀ ਕਰੋ ਹਾਂਜੀ ਹਾਂ ਤੇ ਬਾਈ ਚਾਂਸ ਆਪਣਾ ਠੀਕ ਹੈ ਹੋਰ ਵੀ ਕੋਈ ਘਟਨਾ ਹੋਈ ਆ ਜਾਏ ਚੱਕਰ ਦੇ ਹਨਾ ਤੇ ਬਾਕੀ ਯਾਰ ਇੱਕ ਹੋਰ ਜ਼ਿਆਦਾ ਵਾਰਦਾਤਾਂ ਹੁੰਦੀਆਂ ਨੇ ਅੱਜ ਕੱਲ੍ਹ ਜ਼ਿਆਦਾ ਚੱਲਦੀਆਂ ਲੁੱਟਾਂ ਖੋਹਾਂ ਦੀਆਂ ਕਿਉਂਕਿ ਮੇਰੇ ਨਾਲ ਇਹ ਹੋ ਗਈ ਕਿਸੇ ਆਪਣੇ ਪਿਛਲੇ ਮਹੀਨੇ ਦੀ 12-13 ਤਰੀਕ ਨੂੰ ਹੋ ਚੁੱਕੀ ਹੈ ਇਹ ਵਾਰ ਕਿਉਂਕਿ ਉਦੋਂ ਬਾਅਦ ਇਹ ਜਿਹੜੇ ਚੋਰ ਨੇ ਸ਼ਿਕੰਜੇ 'ਚ ਨਹੀਂ ਆ ਰਹੇ ਛੋਟੇ ਡਰਨਾ ਨਹੀਂ ਚੰਗਾ ਬਥੇਰੇ ਤੁਹਾਨੂੰ ਪੰਡਿਤ ਤੇਰੇ ਕਈ ਵਾਰੀ ਨਾਲ ਦੇ ਖੇਡਦੇ ਖੂੜਦੇ ਸੰਗੀ ਸਾਥੀ ਡਰਾਉਣਗੇ ਐਂ ਨਾ ਹੋ ਜੂ ਐਂ ਹੋ ਜੂ ਐਂ ਹੋਣਾ ਨਹੀਂ ਹੈਗਾ ਜੀ ਬੱਚਾ ਇਹ ਇਹ ਵਿਚਾਰਾ ਫਿਰ ਵੀ ਇੰਨਾ ਦਲੇਰ ਰਿਹਾ ਨਾ ਵੀਰ ਜੀ ਮੈਂ ਦੇਖਿਆ ਮੈਂ ਤਾਂ ਹੈਰਾਨ ਐ ਇਹਨੇ ਵਿਚਾਰੇ ਨੇ ਟੁੱਟੀ ਨਾਲ ਚਾਰ ਬਾਰ ਕਰ ਦਿੱਤਾ ਸਾਡੀ ਨੂੰ ਸੁਣ ਕੇ ਆਉਂਦਾ ਇਹ ਮੇਰਾ ਨਾਲ ਹੀ ਘਰ ਆ ਵਾਈਫ ਭਾਣਜਾ ਮੇਰਾ ਇਹ ਸਕਾ ਤੇ ਇਹ ਪੜਾਉਂਦੇ ਨੇ ਘਰੇ ਤੇ ਇਹ ਮਤਲਬ ਉਹਦੇ ਨਾਲ ਰਖਾਈ ਕਰਦਾ ਵਿਚਾਰਾ ਐਂ ਕਰੀ ਗਿਆ ਟੁੱਟੀ ਵਾਹ ਨਾਲ ਹੀ ਦਿਲੋਂ 4 ਦਿਨ ਬੈਠਾ ਰਿਹਾ ਪ੍ਰੂਫ ਨਹੀਂ ਸੀ ਵੀਰੇ ਆਪਣੇ ਲੱਗੇ ਜਦੋਂ ਪ੍ਰੂਫ ਆਇਆ ਨਾ ਵੀਰੇ ਫਿਰ ਸੋਸ਼ਲ ਮੀਡੀਆ ਤੇ ਨਾ ਆਉਂਦਾ ਫਿਰ ਹੋ ਗਿਆ ਫਿਰ ਬਸ ਵੀਰੇ ਕੁਝ ਨਹੀਂ ਬਣਦਾ ਗਰੀਬ ਬੰਦੇ ਦਾ ਕਿਉਂਕਿ ਜੇ ਸੋਚੀ ਆਪਾਂ ਗਰੀਬ ਬੰਦੇ ਦੀ ਰਿਪੋਰਟ ਵੀ ਨਹੀਂ ਲਿਖਾਉਂਦੇ ਲਿਖੀ ਨਹੀਂ ਜਾਂਦੀ ਰਿਪੋਰਟ ਠੀਕ ਹੈ ਠੀਕ ਹੈ ਠੀਕ ਹੈ ਜੀ ਤੇਰਾ ਨੰਬਰ ਆ ਬਈ 713 ਮਨਜੀਤ ਸਿੰਘ ਮੈਂ ਹੀ ਆਪੋ ਤੋਂ ਮੈਂ ਹੀ ਬੋਲਦੀ ਆ ਅਜੇ ਬੋਲੋ ਬੋਲੋ ਕੁਝ ਹੋਰ ਕੁਝ ਨਹੀਂ